ਪਿੰਡ ਸਰਦੋਲੇਵਾਲਾ ਵਿਖੇ ਦਸ਼ਮੇਸ਼ ਯੁਵਕ ਸੇਵਾਵਾਂ ਕਲੱਬ ਦੇ ਵੱਲੋਂ ਪਿੰਡ ਵਿੱਚ ਸੈਨੇਟਾਈਜ਼ਰ ਕੀਤਾ ਗਿਆ। ਕਲੱਬ ਪ੍ਰਧਾਨ ਸੁਖਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਸਰਦੋਲੇਵਾਲਾ ਦੇ ਵਿੱਚ ਨੌਜਵਾਨਾਂ ਦੇ ਨਾਲ ਮਿਲ ਕੇ ਸੈਨੇਟਾਈਜ਼ਰ ਸਪਰੇਅ ਕੀਤੀ ਗਈ ਹੈ ਤਾਂ ਜੋ ਕੋਰੋਨਾ ਮਹਾਮਾਰੀ ਤੋਂ ਬਚਿਆ ਜਾ ਸਕੇ। ਇਸ ਮੌਕੇ ਜਗਸੀਤ ਸਿੰਘ ਮੀਰਪੁਰ, ਕਾਕਾ ਸਿੰਘ, ਸੇਠੀ ਰਾਮ, ਰਿੰਕੂ ਰਾਮ ਆਦਿ ਮੌਜੂਦ ਸਨ। ਸੁਖਵਿੰਦਰ ਸਿੰਘ ਜੀ, ਕਲੱਬ ਪ੍ਰਧਾਨ ਸੁਖਵਿੰਦਰ ਸਿੰਘ ਸੰਧੂ, ਪਿੰਡ ਸਰਦੋਲੇਵਾਲਾ, ਜ਼ਿਲ੍ਹਾ ਮਾਨਸਾ, ਦਸ਼ਮੇਸ਼ ਯੁਵਕ ਸਵਾਹ ਕਲੱਬ ਪਿੰਡ ਸਰਦੋਲੇਵਾਲੇ ਵੱਲੋਂ ਸਾਰੇ ਨੌਜਵਾਨ ਅਸੀਂ ਬਹਿ ਕੇ ਮੀਟਿੰਗ ਕਰੀ ਪਿੰਡ 'ਚ ਸੈਨੀਟਾਈਜ਼ਰ ਕਰਨ ਦੀ, ਅਤੇ ਸਾਰੇ ਮੁੰਡਿਆਂ ਨੇ ਵਧੀਆ ਸਹਿਯੋਗ ਦਿੱਤਾ। ਨਾਲ ਪ੍ਰੈਸ ਪ੍ਰਧਾਨ ਜੀ, ਕੈਸ਼ੀਅਰ ਸੋਨੂ ਸਾਹਿਬ, ਅਤੇ ਸਾਰੇ ਮੁੰਡੇ ਨਾਲ ਲੈ ਕੇ ਅਸੀਂ ਸੈਨੀਟਾਈਜ਼ਰ ਕਰਿਆ ਪਿੰਡ 'ਚ। ਪੰਜਾਬ ਸਰਕਾਰ ਵੱਲੋਂ ਮੰਗ ਕਰਦੇ ਹਾਂ ਕਿ ਜਿਵੇਂ ਸਾਡੇ ਕੰਮ ਕਲੱਬ ਵਧੀਆ ਕੰਮ ਕਲੱਬ ਕਰੀ ਜਾਂਦੇ ਆ ਕਲੱਬ, ਅਤੇ ਹੋਰਾਂ ਕਲੱਬਾਂ ਨੂੰ ਵੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਉੱਪਰ ਉੱਠ ਕੇ ਆਓ, ਆਪਣਾ ਆਪਦੇ ਪਿੰਡ ਸਾਂਭੀਏ। ਮੰਨ ਕੇ ਲਓ ਠੇਕੇ ਮੂੰਹ ਠੇਕੇ ਹੀ ਲੈਣਾ ਪਊ ਆਪਣੇ ਆਪਦੇ ਪਿੰਡਾਂ ਦਾ, ਵੀ ਕਈ ਪਿੰਡਾਂ 'ਚ ਹੋਰ ਵੀ ਮੁੰਡੇ ਕਾਫੀ ਕਲੱਬ ਬਣਾ ਰੱਖੇ ਆ। ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਸਹਿਯੋਗ ਦਿਓ, ਆਪਣਾ ਆਪਦਾ ਪਿੰਡ ਆਪਾਂ ਸਾਂਭ ਸਕੀਏ। ਸਾਡੇ ਦੋ ਮੌਤਾਂ ਹੋ ਚੁੱਕੀਆਂ ਜੀ, ਅਸੀਂ ਡਰਦੇ ਹਾਂ ਜੀ ਹੋਰ ਨਾ ਰੱਬ ਨੁਕਸਾਨ ਕਰੇ ਕਿਸੇ ਦਾ, ਅਤੇ ਕੈਪਟਨ ਸਰਕਾਰ ਨੂੰ ਮੰਗ ਕਰਦੇ ਹਾਂ ਅਸੀਂ ਵੀ ਪਿੰਡਾਂ 'ਚ ਵੀ ਤੁਸੀਂ ਸਾਰੇ ਜਿੰਨੇ ਵੀ ਸਰਕਾਰਾਂ ਨੂੰ ਬੇਨਤੀ ਕਰਦੇ ਹਾਂ ਵੀ ਕੋਈ ਸਟੇਡੀਅਮ ਜਿਵੇਂ ਬਣ ਹੀ ਰਹੇ ਆ, ਅਤੇ ਜਿਵੇਂ ਆਹ ਹੁਣ ਜੀ ਇਹਨਾਂ ਦੀ ਘਾਟ ਆ, ਆਪਣੇ ਆਕਸੀਜਨ ਦੀ ਘਾਟ ਆ, ਇਹਨਾਂ 'ਤੇ ਤੁਸੀਂ ਖਾਸ ਕਰਕੇ ਗੌਰ ਦਿਓ ਜੀ। ਅਸੀਂ ਗੌਰਮੈਂਟ ਦੇ ਨਾਲ ਹਾਂ ਅਤੇ ਵਧੀਆ ਕੰਮ ਕਰਦੇ ਹਾਂ ਅਸੀਂ। ਧੰਨਵਾਦ ਸਰ। ਮੈਂ ਜਗਸੀਤ ਸਿੰਘ, ਸਰਪੰਚ ਕਾਂਗਰਸ ਸਰਦੋਲਗੜ੍ਹ, ਅਤੇ ਜਿਹੜਾ ਅੱਜ ਹੁਣ ਸਾਡੇ ਪੰਜਾਬ ਦੇ ਵਿੱਚ ਅਸੀਂ ਹਿੰਦੁਸਤਾਨ ਦੇ ਵਿੱਚ ਕਰੋਨਾ ਦਾ ਜਿਹੜਾ ਕਹਿਰ ਆ ਪੂਰਾ ਫੈਲਾ ਰਿਹਾ, ਖਾਸ ਕਰ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਕਰੋਨਾ ਫੈਲ ਰਹੀ ਹੈ, ਕਿਉਂਕਿ ਪਿੰਡਾਂ ਦੇ ਵਿੱਚ ਆਪਾਂ ਕਹਿ ਲਈਏ ਵੀ ਲੋਕਾਂ ਨੂੰ ਸਾਵਧਾਨੀਆਂ ਨਹੀਂ ਵਰਤ ਰਹੇ, ਨੌਲੇਜ ਨਹੀਂ ਹੈਗੀ, ਅਤੇ ਇਸ ਕਰਕੇ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ। ਔਰ ਜਿਹੜੀ ਅੱਜ ਗੱਲ ਕਰ ਰਹੇ ਹਾਂ, ਸਾਡਾ ਜਿਹੜਾ ਨੌਜਵਾਨ ਯੁਵਕ ਸੇਵਾਵਾਂ ਕਲੱਬ ਸਰਦੋਲੇਵਾਲਾ ਦੇ ਜਿਹੜੇ ਕਲੱਬ ਦੇ ਮੈਂਬਰ ਆ ਮੁੰਡੇ ਨੌਜਵਾਨ, ਬਹੁਤ ਵਧੀਆ ਇਹਨਾਂ ਨੇ ਸਾਰੇ ਪਿੰਡ ਨੂੰ ਸੈਨੇਟਾਈਜ਼ ਕੀਤਾ, ਔਰ ਇੱਥੇ ਵੀ ਡੇਰੇ ਦੇ ਵਿੱਚ ਸੈਨੇਟਾਈਜ਼ ਕਰਨ ਆਏ ਆ। ਔਰ ਮੈਂ ਇਹ ਅਪੀਲ ਕਰਦਾ ਬਾਕੀ ਸਾਰੇ ਕਲੱਬਾਂ ਵਾਲਿਆਂ ਨੂੰ, ਨੌਜਵਾਨਾਂ ਨੂੰ, ਕਿ ਆਪ ਪੂਰੀ ਸਾਵਧਾਨੀ ਵਰਤ ਕੇ ਮਾਸਕ ਵਗੈਰਾ ਪਹਿਨ ਕੇ, ਅਤੇ ਆਪਾਂ ਜਿੰਨਾ ਵੀ ਕਰ ਸਕਦੇ ਹਾਂ ਸਰਕਾਰ ਤੋਂ ਦਵਾਈ ਵਗੈਰਾ ਲੈ ਕੇ ਆਪਾਂ ਸੈਨੇਟਾਈਜ਼ ਕਰੀਏ, ਔਰ ਆਪਣਾ ਸਾਰਾ ਖੁਦ ਦਾ ਵੀ ਆਪਾਂ ਪਰਹੇਜ਼ ਰੱਖੀਏ, ਮਾਸਕ ਵਗੈਰਾ ਪਹਿਨ ਕੇ ਰੱਖੀਏ।